ਹਾਂਜੀ ਵੀਰ ਜੀ, ਕੀ ਨਾਮ ਜੀ? ਲਖਵੀਰ ਸਿੰਘ ਹੈ ਜੀ। ਲਖਵੀਰ ਸਿੰਘ, ਪਿੰਡ ਕਿਹੜਾ ਜੀ? ਤਲਵੰਡੀ ਭਾਈ। ਅੱਛਾ, ਡਿਸਟ੍ਰਿਕਟ ਕਿਹੜਾ ਪੈਂਦਾ ਜੀ? ਫਿਰੋਜ਼ਪੁਰ ਜੀ। ਭਾਅ ਜੀ, ਇਹ ਬੂਰੀ ਮੱਝ ਇਹ ਸੇਲ ਕਰਨੀ ਜਾਂਦੇ ਸੀ? ਹਾਂਜੀ। ਅਤੇ ਕਿੰਨੇ ਵਾ ਸੂਆ ਜੀ ਇਹ? ਤੀਜਾ ਜੀ। ਤੀਜਾ ਸੂਆ, ਠੀਕ ਹੈ ਜੀ। ਅਤੇ ਦੁੱਧ ਕਿੰਨਾ ਇਸ ਟਾਈਮ ਜੀ? ਇਸਦੇ 12 ਕਿਲੋ ਜੀ। 12 ਕਿਲੋ ਦੁੱਧ ਆ, ਠੀਕ ਹੈ। ਆਪਣੇ ਘਰ ਸੂਈ ਜੀ ਇਹ? ਹਾਂਜੀ ਹਾਂਜੀ, ਘਰ। ਅਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ? ਸੂਈ ਤਾਂ ਹੋਵੇ ਜੀ 25 ਦਿਨ। 20-25 ਦਿਨ ਹੋਇਆ ਸੂਈ? ਤੋਰਿਆ ਜੀ ਮਾੜਾ ਜੀ। ਅਤੇ ਇਹਦਾ ਬੱਚਾ ਜੀ? ਬੱਚਾ ਮਰ ਗਿਆ ਜੀ, ਕੱਟਾ ਸੀਗਾ ਜੀ। ਅੱਛਾ, ਕੱਟਾ ਸੀ, ਬੱਚਾ ਪੂਰਾ ਹੋ ਗਿਆ। ਬਾਰਾਂ ਕਿਲੋ ਦੁੱਧ ਹੈ ਜੀ? ਲੈ ਮੋੜ ਲਓ ਜੀ, ਮੋੜ ਲਓ। ਤਾਂ ਮੀਣੀ ਥੱਲੇ ਦੁੱਧ ਕਿੰਨਾ ਜੀ? ਮੀਣੀ ਥੱਲੇ 8 ਕਿਲੋ ਜੀ। 8 ਕਿਲੋ ਦੁੱਧ ਆ, ਠੀਕ ਹੈ ਜੀ। ਅਤੇ ਸੂਆ ਕਿੰਨਾ ਜੀ ਇਹ? ਸੂਆ ਤੀਜਾ ਜੀ। ਤੀਜਾ ਸੂਆ। ਅਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਜੀ? ਇਹਨੂੰ ਸੂਈ ਨੂੰ ਹੋ ਗਈ ਜੀ। ਹਾਂਜੀ, 6 ਮਹੀਨੇ ਹੋ ਗਏ। 6 ਮਹੀਨੇ ਹੋ ਗਏ ਸੂਈ ਨੂੰ। ਅਤੇ ਹੁਣ ਗੱਭਣਾ ਜੀ ਇਹ? ਹਾਂਜੀ, 4 ਮਹੀਨੇ ਗੱਭਣਾ, 5ਵਾਂ ਲੱਗਣ ਵਾਲਾ ਜੀ। ਅੱਛਾ, 4 ਮਹੀਨੇ ਗੱਭਣਾ ਅਤੇ 5ਵਾਂ ਲੱਗਣ ਵਾਲਾ ਇਹਨੂੰ। ਅਤੇ ਹੁਣ ਠੀਕ ਆ ਭਰਾ ਜੀ? ਕਿਵੇਂ? ਹਾਂਜੀ ਹਾਂਜੀ। ਕਿਹੜਾ ਸਾਹ ਦਾ ਭਰਾ ਹੈ ਜੀ? BM 377। ਤੋਰਿਆ ਜੀ ਇਹਨੂੰ ਵੀ ਜੀ? ਇਹਦਾ ਬੱਚਾ ਹੈਗਾ ਜੀ? ਕੱਟਾ ਹੈਗਾ ਹੈ ਜੀ ਇਹਦਾ। ਸਿੰਘ ਹਿਲਦੇ ਦੋਵੇਂ ਜੀ? ਹਾਂਜੀ ਹਾਂਜੀ, ਦੋਨੇ ਹਿਲਦੇ ਜੀ। ਇਹਦਾ ਬੱਚਾ ਹੈਗਾ ਅਤੇ ਬੂਰੀ ਦਾ ਬੱਚਾ ਹੈ ਨਹੀਂ? ਬੂਰੀ ਦਾ ਹੈ ਨਹੀਂ ਜੀ। ਇਹਦਾ ਕੀ ਮੁੱਲ ਹੈ ਜੀ? ਇਹਦਾ 60,000 ਜੀ। 60,000 ਹੈ ਜੀ। ਅਤੇ ਵੀਰ ਜੀ, ਆਹ ਬੂਰੀ ਦਾ ਜੀ? ਬੂਰੀ ਦਾ 65 ਦੀ ਦੇਣੀ ਹੈ ਜੀ। 65 ਦੀ ਦੇਣੀ ਆ। ਇਹਨੂੰ ਟਾਈਮ 20 ਦਿਨ ਹੋਏ ਸੂਈ ਨੂੰ? 20-25 ਦਿਨ ਹੋਏ। ਅਤੇ ਇਹਦਾ ਬੱਚਾ ਲਿਆ ਜੀ ਮੈਂ ਖਾ ਲਓ। ਫੀਡ ਫੂਡ ਫਿਰ ਬਜ਼ਾਰ ਹੀ ਲੈਣੇ ਕਿ ਆਪ ਹੀ ਤਿਆਰ ਕਰਾਉਣੇ? ਸਾਰੀ ਆਪ ਹੀ ਤਿਆਰ ਕਰਾਉਂਦੇ ਹਾਂ ਜੀ। ਅੱਛਾ, ਆਹ ਕੱਟਾ ਜੀ ਅਤੇ ਬੱਚਾ ਨਾਲ ਹੀ ਦਿਓਗੇ ਫਿਰ? ਨਹੀਂ, ਠੀਕ ਹੈ ਜੀ। ਪਰ ਠੀਕ ਹੈ, ਕੋਈ ਨਹੀਂ ਜੀ।